ਫੜ ਲਿੱਤਾ ਵਾ ਉਹ ਵੀਡੀਓ ਪੁਲਿਸ ਵੀ ਆ ਗਈ ਮੌਕੇ ਤੇ ਉਹ ਥੋੜੀ ਵੀਡੀਓ ਉਹ ਨਹੀਂ ਆਣੀ ਪੁਲਿਸ ਲੱਗੇ ਪੁਲਿਸ ਵਾਲੇ ਨਹੀਂ ਆਏ ਨਾ ਮੇਰਾ ਨਾਂ ਰਮੇਸ਼ ਹੈ ਜੀ ਨਹਿਰੂ ਕੰਪਲੈਕਸ ਦੇ ਵਿੱਚ 86 ਫਸਟ ਫਲੋਰ ਤੇ ਸਾਡੀ ਦੁਕਾਨ ਹੈ ਸਿਲੀਕਨ ਵੈਲੀ ਦੇ ਨਾਲ ਅਸੀਂ ਆਪਣਾ ਇੱਥੇ ਅੰਦਰ ਬੈਠੇ ਸੀ ਜੀ ਆਪਣਾ ਗੱਲਬਾਤ ਕਰ ਰਹੇ ਸੀ ਤੇ ਬਾਹਰੋਂ ਇੱਕ ਲੜਕਾ ਆਇਆ ਉਹਨੇ ਸਾਡਾ ਕੁਛ ਸਮਾਨ ਜਿਹੜਾ ਸਾਡੇ ਬਾਹਰ ਪਿਆ ਹੁੰਦਾ ਕੋਰੀਡੋਰ 'ਚ ਉਹ 'ਚ ਇੱਕ ਪ੍ਰਿੰਟਰ ਚੁੱਕਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਅਸੀਂ ਉਹਨੂੰ CCTV 'ਚ ਦੇਖ ਲਿਆ ਅਤੇ ਅਸੀਂ ਪਕੜ ਲਿਆ ਤੁਹਾਡੀ ਨਜ਼ਰ ਸੀ CCTV ਉੱਤੇ ਹਾਂਜੀ ਪਹਿਲਾਂ ਵੀ ਸਰ ਕਿਹਾ ਜਾ ਰਿਹਾ ਕਿ ਇਸ ਤਰ੍ਹਾਂ ਹੀ ਇੱਕ ਚੋਰੀ ਹੋਈ ਹਾਂਜੀ ਦੋ ਦਿਨ ਪਹਿਲਾਂ ਵੀ ਸਰ ਥੱਲੇ ਸਾਡੇ ਇੱਕ ਡੀਲਰ ਹੈਗੇ ਆ ਸਾਈਬਰੇਜ ਮਲਟੀਮੀਡੀਆ ਅਤੇ ਉਹਨਾਂ ਨੇ ਵੀ ਇੱਕ ਵੀਡੀਓ ਪੋਸਟ ਕੀਤੀ ਸੀ ਸਾਡੇ ਇੱਕ ਐਕਟਾ ਗਰੁੱਪ ਦੇ ਵਿੱਚ ਕਿ ਉਹਨਾਂ ਦੇ ਵੀ ਇੱਕ ਪ੍ਰਿੰਟਰ ਚੋਰੀ ਹੋਇਆ ਇਸੇ ਤਰ੍ਹਾਂ ਉਹਨਾਂ ਦਾ ਵੀ ਸਮਾਨ ਬਾਹਰ ਪਿਆ ਸੀ ਕੋਰੀਡੋਰ 'ਚ ਅਤੇ ਉੱਥੋਂ ਇੱਕ ਪ੍ਰਿੰਟਰ ਚੋਰੀ ਹੋਇਆ ਸਰ ਪੁਲਿਸ ਮੌਕੇ 'ਤੇ ਪਹੁੰਚੀ ਸਰ ਬੁਲਾਇਆ ਗਿਆ ਸੀ ਆਏ ਸੀ ਮੌਕੇ ਲੈ ਗਏ ਪੁਲਿਸ ਨੂੰ ਹਾਂਜੀ ਪੁਲਿਸ ਲੈ ਗਈ ਕੀ ਮੰਗ ਕਰਦੇ ਜੀ ਤੁਸੀਂ ਇਸ ਤਰ੍ਹਾਂ ਸਮਾਨ ਚੁੱਕੇ ਜਾਣਾ ਕਿੰਨੀ ਵੱਡੀ ਗੱਲ ਹੈ ਕਿ ਅਸੀਂ ਤਾਂ ਇਹ ਮੰਗ ਕਰਦੇ ਹਾਂ ਕਿ ਜੀ ਸਾਨੂੰ ਥੋੜ੍ਹੀ ਸੇਫਟੀ ਸਾਡੇ ਦਿੱਤੀ ਜਾਏ ਸਾਰੇ ਵਪਾਰੀਆਂ ਨੂੰ ਦੋ ਦਿਨ ਪਹਿਲਾਂ ਵੀ ਇੱਕ ਪ੍ਰਿੰਟਰ ਚੋਰੀ ਹੋਇਆ ਹੁਣ ਅੱਜ ਸਾਡੇ 'ਤੇ ਵੀ ਹਮਲਾ ਕੀਤਾ ਗਿਆ ਕੱਲ੍ਹ ਨੂੰ ਕੋਈ ਹੋਰ ਵੀ ਚੁੱਕਿਆ ਜਾਏਗਾ ਕੀ ਫਾਇਦਾ ਹੈਗਾ ਅਸੀਂ ਇੱਥੇ ਦੋ ਪੈਸੇ ਕਮਾਉਣ ਲਈ ਬੈਠੇ ਹਾਂ ਗਵਾਵਾਂਗੇ ਤਾਂ ਫਿਰ ਕੀ ਕੋਈ ਫਾਇਦਾ ਨਹੀਂ ਹਾਂਜੀ ਸਰ ਕੀ ਮਾਮਲਾ ਹੈ ਸਾਨੂੰ ਪਤਾ ਲੱਗਾ ਸੀ ਕਿ ਗੱਤੇ ਚੁਗਣ ਵਾਲਾ ਕੋਈ ਬੰਦਾ ਵਾ ਉਹਨੇ ਕੋਈ ਡੱਬਾ ਚੁੱਕਿਆ ਉੱਥੋਂ ਅਤੇ ਉਹਨੂੰ ਪਬਲਿਕ ਨੇ ਫੜਿਆ ਵਾ ਉੱਥੇ ਅਸੀਂ ਗਏ ਹੁਣ ਜਾਂਚ ਕਰ ਰਹੇ ਹਾਂ ਦੇਖਦੇ ਹਾਂ ਕੀ ਜਾਂਚ ਜੋ ਵੀ ਹੋਇਆ ਮੁਤਾਬਕ ਕਿਹੜੀ ਜਗ੍ਹਾ ਨਹਿਰੂ ਸ਼ੋਪ ਹੋਣਾ ਸੀ ਸਰ ਡੱਬੇ ਦੇ ਵਿੱਚ ਕੀ ਸੀ ਕਲੀਅਰ ਨਹੀਂ ਹੁਣ ਪਤਾ ਕਰਦੇ ਦੁਕਾਨਦਾਰ ਨੂੰ ਪੁੱਛਦੇ ਕੀ ਸੀ ਉਹਦੇ ਵਿੱਚ ਹੈਗਾ ਸੀ ਕੁਛ ਕਿਵੇਂ ਉਹ ਕਹਿੰਦਾ ਪ੍ਰਿੰਟਰ ਸੀ ਤੇ ਪਹਿਲਾਂ ਵੀ ਇੱਕ ਪ੍ਰਿੰਟਰ ਚੋਰੀ ਹੋਇਆ ਪਤਾ ਕਰ ਲਾਂਗੇ ਜੇ ਹੋਇਆ ਹੋਇਆ ਤਾਂ ਕਾਰਵਾਈ ਕਰਾਂਗੇ ਮੈਂ ਜੇ ਸਾਨੂੰ ਕੋਈ ਅਸੀਂ ਕੁਛ ਨਹੀਂ ਲਿਆ ਜੀ